चोपड़ा अमृतसर तो तीसरा शिंगार कसेल मंदिर जो कि चार विश्व प्रसिद्ध चार मंदिरों के ही काशी काबा कसेल कलानौर ये चार मंदिरों प्रसिद्ध मंदिर के तीसरे शिंगार के उत्ते सारी जनता कट्ठी हुई है। अगले दिन की बहुत बहुत शुभकामनावां जो जो इस मंदिर के अपनी मनोकामना लेके आते हैं वो पूरी होती ने। सारे भगत जनों बेनती की जाती है कि हर ऐतवार सोमवार इतने आके हाजिरी भरो ताकि प्रभु चरणा की। मेरा नाम जिग्मे कुंचोक है। मैं हिमाचल प्रदेश से हूँ और हम लोगों का ये यात्रा काठमांडू से शुरू हुआ है 3 जुलाई को और हम लोग लद्दाख जा रहे हैं। यहाँ से हमारी इस यात्रा का जो मेन मैसेज है वो 3 रहेगा। वो है नारी सशक्तिकरण को जागरूक करना, पर्यावरण को प्रदूषण मुक्त बनाना और तीर्थ यात्रा करते हुए जा रहे हैं हम। और ये कैसे कर रहे हैं यात्रा? ये साइकिल से हो रही है ये यात्रा ताकि हम लोगों को ये मैसेज दे सके कि इको फ्रेंडली वे ऑफ लिविंग का मैसेज पास कर रहे हैं लोगों को। और रास्ते में जो भी हमें मिलता है या हमें बात करने का मौका मिलता है तो हम उन्हें ये मैसेज देते हुए आते हैं। आज हम लोग अमृतसर में पहुँचे हैं। हम आज गोल्डन टेम्पल के दर्शन के लिए गए थे। अभी हमें बहुत खुशी हुई, हमें बहुत ब्लेस्ड महसूस हो रहा है इस टाइम पे। हमें बहुत खुश है यहाँ पे आके। यहाँ की पुलिस ने भी हमें बहुत हेल्प की, थैंक यू उनको। अभी अब यहाँ से कहाँ के लिए निकलेंगे? अब हम यहाँ से पठानकोट होते हुए लद्दाख जाएंगे। ये कितने दिन का आपका टूर है? ये टूर वैसे 72 डेज का था और अभी 1 महीना हो चुका है हमें यात्रा शुरू करके। और हम लोग 72 डेज में हम लद्दाख पहुँचने का हमारा ये एक प्लानिंग था, लेकिन अभी हमें पता नहीं है हमें कितना टाइम लगेगा। और ये आपका कितने मेंबर हैं? इसमें 200 यात्री है, ज़्यादातर भिक्षुणियाँ हैं, सब भिक्षुणियाँ हैं और ज़्यादातर लड़कियाँ हैं, सब भिक्षुणियाँ हैं और सिर्फ 90% भिक्षुणियाँ हैं। कुछ हमारे सपोर्ट टीम में लड़के और we'll be right back.
ਮੈਨੂੰ ਇੱਕ ਕਾਲ ਆਈ ਸੀ ਜੀ, ਇੱਕ ਮਨਜੀਤ ਸਿੰਘ ਨੇ ਮੈਨੂੰ ਕੀਤੀ ਸੀ ਕਾਲ ਕਿ ਸਾਡੇ ਹੋਟਲ ਦੇ ਕਮਰੇ 'ਚ ਬਦਬੂ ਆ ਰਹੀ ਹੈ ਜੀ। ਮੈਂ ਆ ਕੇ ਦੇਖਿਆ ਜੀ ਕਿ ਕਮਰੇ 'ਚ ਬਦਬੂ ਆ ਰਹੀ ਹੈ, ਇਹਨਾਂ ਕੋਲ ਚਾਬੀ ਮੈਂ ਖਲਵਾਇਆ ਅਤੇ ਵੇਖਿਆ ਕਿ ਅੰਦਰ ਡੈੱਡ ਬੋਡੀ ਪਈ ਸੀ ਜੀ। ਇਸ ਕੋਈ ਸੁਸਾਈਡ ਕੀਤੀ ਇਹਨੇ, ਸੁਸਾਈਡ ਕੀਤੀ ਇਹਦਾ ਹੈਗਾ ਜੀ ਸਤਨਾਮ ਸਿੰਘ ਆ ਜੀ, ਸਨ ਆਫ ਕਲਤਾਰ ਸਿੰਘ, ਹੈਗਾ ਰਾਮਤੀਰਥ ਰੋਡ ਐਪੋਜਿਟ ਸੇਖੜੀ ਹਾਊਸ ਬਟਾਲੇ ਤੋਂ ਜੀ। ਬਾਕੀ ਅਫਸਰਾਂ ਦੀ ਨੌਲੇਜ ਲਿਆਉਂਦਾ ਜੀ, ਬਾਕੀ ਇਹਦੇ ਬਾਰੇ ਫੋਨ ਕਰ ਰਹੇ ਹਾਂ ਜੀ। ਨਹੀਂ ਜੀ ਨਹੀਂ, ਕੋਈ ਨਹੀਂ, ਕਸਟਮਰ ਹੀ ਆ, ਜਿੱਦਾਂ ਕਸਟਮਰ ਜਿੱਦਾਂ ਆਉਂਦਾ ਕਮਰੇ 'ਚ ਲੈਂਦਾ, ਕੋਈ ਕਸਟਮਰ ਲੈ ਕਮਰੇ ਇਸ ਤਰ੍ਹਾਂ ਹੀ ਬਟਾਲੇ ਦਾ ਜੀ ਰਹਿਣ ਵਾਲਾ। ਅਤੇ ਪਹਿਲਾਂ ਦੱਸ ਸਕਦਾ ਸਤਨਾਮ ਸਿੰਘ ਹੈ ਜੀ ਦਾ ਨਾਮ, ਸਨ ਔਫ ਕਲਤਾਰ ਸਿੰਘ, ਰਾਮਤੀਰਥ ਮੁਹੱਲਾ ਰਾਮਤੀਰਥ, ਸਾਹਮਣੇ ਐਪੋਜਿਟ ਸੇਖੜੀ ਨਿਵਾਸ ਜਿਹੜਾ ਜੀ ਬਟਾਲਾ ਤੋਂ। ਕਰ ਰਹੇ ਹਾਂ ਜੀ, ਆਪਣੇ ਸੀਨੀਅਰ ਅਫਸਰਾਂ ਨੂੰ ਬੁਲਾਇਆ, ਕਾਰਵਾਈ ਕਰ ਰਹੀ ਹੈ ਜੋ ਵੀ। ਅੱਜ ਜਿਹੜੀ 15 ਅਗਸਤ 2016 ਨੂੰ ਆਜ਼ਾਦੀ ਦਿਵਸ ਆ ਰਿਹਾ 70ਵੀਂ ਵਰ੍ਹੇਗੰਢੇ, ਉਸ ਦੇ ਵਿੱਚ AISSF ਨੇ ਔਰ ਜਿਹੜੇ ਪੀੜਿਤ ਪਰਿਵਾਰਾਂ ਨੇ ਇਕੱਠੇ ਹੋ ਕੇ ਫੈਸਲਾ ਕੀਤਾ ਕਿ ਆਜ਼ਾਦੀ ਜਸ਼ਨਾਂ ਦਾ ਬਾਈਕਾਟ ਕੀਤਾ ਜਾਵੇ, ਤਿਰੰਗੇ ਦਾ ਬਾਈਕਾਟ ਉਨੀ ਦੇਰ ਤੱਕ ਕੀਤਾ ਜਾਵੇ ਜਦੋਂ ਤੱਕ ਸਿੱਖ ਕੌਮ ਨੂੰ ਇਸ ਧਰਤੀ ਦੇ ਉੱਪਰ ਇਨਸਾਫ਼ ਨਹੀਂ ਮਿਲ ਜਾਂਦਾ। ਔਰ ਅਸੀਂ ਦੇਸ਼ ਦੀ ਆਜ਼ਾਦੀ ਵਾਸਤੇ ਇੱਕ ਲੰਬੀ ਜਦੋਜਹਿਦ ਕੀਤੀ, ਉਸ ਤੋਂ ਬਾਅਦ ਦੇਸ਼ ਆਜ਼ਾਦ ਹੋਇਆ, ਲੇਕਿਨ ਆਜ਼ਾਦੀ ਤੋਂ ਬਾਅਦ ਸਿੱਖਾਂ ਨੂੰ ਅੱਜ ਵੀ ਗੁਲਾਮੀ ਵਾਲਾ ਦੌਰ ਦੇ ਵਿੱਚੋਂ ਗੁਜ਼ਰਨਾ ਪੈ ਰਿਹਾ। ਬੀਬੀ ਜਗਦੀਸ਼ ਕੌਰ ਸਮੇਤ ਅਨੇਕਾਂ ਵਿਧਵਾਵਾਂ ਨੇ ਜਿਨ੍ਹਾਂ ਦੇ ਪਤੀ, ਜਿਨ੍ਹਾਂ ਦੇ ਬੱਚੇ, ਜਿਨ੍ਹਾਂ ਦੇ ਭਰਾ ਉਹਨਾਂ ਕੋਲ ਖੋਹ ਲੈ ਗਏ, ਲੇਕਿਨ ਅੱਜ ਤੱਕ ਇਨਸਾਫ਼ ਨਹੀਂ ਮਿਲਿਆ। ਸੋ ਅਜਿਹੇ ਹਾਲਾਤਾਂ ਦੇ ਵਿੱਚ ਸੰਯੁਕਤ ਰਾਸ਼ਟਰ ਨੂੰ ਅਸੀਂ 4 ਅਗਸਤ ਨੂੰ ਇੱਕ ਮੈਮੋਰੰਡਮ ਦੇਣ ਜਾ ਰਹੇ ਹਾਂ, ਔਰ ਇਸੇ ਤਰ੍ਹਾਂ 5 ਅਗਸਤ ਨੂੰ ਦਰਬਾਰ ਸਾਹਿਬ ਦੇ ਸਮੂਹ ਦੇ ਬਾਹਰ ਕੈਂਪ ਲਗਾਇਆ ਜਾਵੇਗਾ, ਜਿੱਥੇ ਇੱਕ ਪਟੀਸ਼ਨ ਸ਼ੁਰੂ ਕੀਤੀ ਗਈ ਆਜ਼ਾਦ ਪੰਜਾਬ ਦੀ, ਉਸ ਦੇ ਉੱਪਰ ਦਸਤਖਤ ਕਰਾਏ ਜਾਣਗੇ। ਸੋ ਅੱਜ ਪੰਜਾਬ ਦੇ ਜਿਹੜੇ ਹਾਲਾਤ ਨੇ, ਜਿਨ੍ਹਾਂ ਦੇ ਵਿੱਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਹੋ ਰਹੀਆਂ ਨੇ, ਔਰ ਉਹਨਾਂ ਦਾ ਸੰਬੰਧ ਜਿਵੇਂ ਮਲੇਰਕੋਟਲਾ ਦੇ ਵਿੱਚ ਘਟਨਾ ਵਾਪਰੀ ਹੈ, ਉੱਥੇ ਜਿਹੜੇ ਦੋਸ਼ੀ ਪਕੜੇ ਗਏ ਨੇ ਉਹਨਾਂ ਦਾ ਵਿਸ਼ਵ ਹਿੰਦੂ ਪਰਿਸ਼ਦ ਨਾਲ, ਬਜਰੰਗ ਦਲ ਦੇ ਨਾਲ, RSS ਦੇ ਨਾਲ ਅਤੇ ਆਮ ਆਦਮੀ ਪਾਰਟੀ ਦੇ ਨਾਲ ਜਿਹੜਾ ਸੰਬੰਧ ਜਗਜਾਰ ਹੋਇਆ ਹੈ, ਔਰ ਉਸ ਦੇ ਸੰਬੰਧ ਵਿੱਚ ਜਿਹੜੀਆਂ ਗ੍ਰਿਫਤਾਰੀਆਂ ਹੋਈਆਂ ਨੇ, ਉਸ ਦੀ ਘੋਖ ਕੀਤੀ ਜਾਣੀ ਚਾਹੀਦੀ ਕਿ ਬਰਗਾੜੀ ਦੇ ਵਿੱਚ ਜਿਹੜੀਆਂ ਘਟਨਾਵਾਂ ਵਾਪਰੀਆਂ ਨੇ, ਵਾੜਾ ਜਵਾਹਰ ਸਿੰਘ ਵਾਲਾ ਦੇ ਵਿੱਚ ਘਟਨਾਵਾਂ ਵਾਪਰੀਆਂ ਨੇ, ਜਾਂ ਮਾਝੇ ਦੀ ਧਰਤੀ ਦੇ ਉੱਪਰ ਜਿੱਥੇ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਹੋਈਆਂ ਨੇ, ਉਹ ਦੋਸ਼ੀਆਂ ਕੋਲੋਂ ਜਿਹੜੀ ਇਨਵੈਸਟੀਗੇਸ਼ਨ ਦੇ ਵਿੱਚ ਸਾਰੀ ਗੱਲ ਸਾਹਮਣੇ ਲਿਆਉਂਦੀ ਜਾਣੀ ਚਾਹੀਦੀ। ਇੱਕ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਕੇਜਰੀਵਾਲ ਸਾਹਿਬ ਨੂੰ ਅਸੀਂ ਅਪੀਲ ਕਰਦੇ ਹਾਂ ਕਿ ਦਿੱਲੀ ਦਾ ਕੋਈ ਵੀ ਕੇਸ ਉਹਨਾਂ ਦੇ ਉੱਪਰ ਨਹੀਂ ਹੈਗਾ। ਜਿੰਨੇ ਵੀ 26 ਕੇਸ ਸਨ ਉਹਨਾਂ ਦੇ ਵਿੱਚੋਂ ਬਹੁਤੇ ਕੇਸ ਜਿਹੜੇ ਆ ਉਹ ਬਰੀ ਹੋ ਚੁੱਕੇ ਨੇ, ਔਰ ਉਹਨਾਂ ਦੇ ਉੱਪਰ ਪੰਜਾਬ ਦੇ ਕੇਸ ਨੇ। ਸੋ ਉਹ ਉਹਨਾਂ ਨੂੰ
ਪੰਜਾਬ ਦੇ ਵਿੱਚ ਸ਼ਿਫਟ ਕਰਨ ਲਈ ਜਿਹੜੇ ਆਰਡਰ ਜਾਰੀ ਕਰਨ, ਔਰ ਕਿਉਂਕਿ ਜਿਹੜੀ ਤਿਹਾੜ ਜੇਲ੍ਹ ਹੈ ਉਹ ਦਿੱਲੀ ਸਰਕਾਰ ਦੇ ਅੰਡਰ ਆਉਂਦੀ ਹੈ, ਅਤੇ ਪੰਜਾਬ ਸਰਕਾਰ ਨੂੰ ਵੀ ਸਾਡੀ ਅਪੀਲ ਹੈ ਕਿ ਉਹਨਾਂ ਨੂੰ ਇੱਥੇ ਸ਼ਿਫਟ ਕਰਾਉਣ ਲਈ, ਕਿਉਂਕਿ ਉਹਨਾਂ ਦੀ ਰੀੜ੍ਹ ਦੀ ਹੱਡੀ ਦੇ ਵਿੱਚ ਵੀ ਨੁਕਸੇ ਔਰ ਉਹ ਬਹੁਤ ਤਕਲੀਫ ਦੇ ਵਿੱਚ ਰਹਿੰਦੇ ਨੇ, ਸੋ ਉਹਨਾਂ ਨੂੰ ਪੰਜਾਬ ਦੇ ਵਿੱਚ ਤਬਦੀਲ ਕੀਤਾ ਜਾਣਾ ਚਾਹੀਦਾ। ਢੀਂਡਸਾ ਸਾਹਿਬ ਨੇ ਕਿਸ ਅੰਦਾਜ਼ ਨਾਲ ਆ ਗੱਲ ਕਹੀ ਹੈ ਮੈਂ ਕਹਿ ਨਹੀਂ ਸਕਦਾ, ਬਟ ਆਈ ਵੁੱਡ ਸੇ ਆਹ ਮਸਲਾ ਪੰਜਾਬ ਦਾ ਹੈ, ਅਤੇ ਮੇਰੀ ਇੱਕੋ ਗੁਜ਼ਾਰਿਸ਼ ਹੈ, ਆਮ ਦਾ ਲਾਸਟ ਪਰਸਨ ਵੀ ਮੈਂ ਬਾਦਲ ਸਾਹਿਬ ਨੂੰ ਕੋਈ ਸੁਝਾਵ ਦਿਆਂ, ਬਿਕੋਜ਼ ਹੀ ਹੈਜ਼ ਐਕਸਪੀਰੀਅੰਸ, 5 ਵਾਰੀ ਮੁੱਖ ਮੰਤਰੀ ਰਹੇ ਹੈ, ਪਰ ਇੰਨੀ ਗੱਲ ਮੈਂ ਕਹਿ ਸਕਦਾ ਪੰਜਾਬ ਦੇ ਲੋਕਾਂ ਦੇ ਪਾਸਿਓਂ, ਪੰਜਾਬ ਦੇ ਪਾਣੀਆਂ ਦੇ ਮਸਲੇ 'ਤੇ ਚੰਦੂ ਮਾਜਰੇ ਨੇ ਬਿਆਨ ਦਿੱਤਾ, ਇੱਕੋ ਥੈਲੀ ਦੇ ਚਿੱਟੇ ਬੱਟੇ ਹੈ ਜੀ, ਦੇ ਆਰ ਟਰਾਇੰਗ ਟੂ ਗਿਵ ਅ ਕਲੀਨ ਚਿੱਟ, ਦੇਖੋ ਮੇਰੇ ਕਹਿਣ ਦਾ ਭਾਵ ਹੈ ਦੇ ਆਰ ਆਊਟ, ਦੇਖੋ ਜਿਸ ਦਿਨ ਵੀ ਕੋਈ ਕੇਸ ਬਣਦਾ ਕਲੀਨ ਚਿੱਟ ਪਹਿਲਾਂ ਇਸ਼ੂ ਕਰ ਦਿੰਦਾ ਅਕਾਲੀ ਦਲ, ਸੋ ਨਾਓ ਦਾ ਚਾਰਜਿਸ ਆਰ ਅਗੇਂਸਟ ਅਕਾਲੀ ਦਲ, ਐਂਡ ਆਈ ਥਿੰਕ ਦ ਮੈਨ ਟੂ ਬੀ ਹੈਲਡ ਰਿਸਪੋਂਸੀਬਲ, ਜਿਹਨਾਂ ਦੇ ਮੋਢਿਆਂ 'ਤੇ ਜ਼ਿੰਮੇਵਾਰੀ ਹੈ, ਅੱਜ ਹੀ ਕੈਨ ਨੋਟ ਟਾਕ ਅਬਾਊਟ ਹਿਸਟਰੀ, ਹੀ ਕੈਨ ਨੋਟ ਅਬਾਊਟ ਪਾਸਿੰਗ ਦਾ ਬਕ, ਅੱਜ ਦੇ ਦਿਨ ਮਾਨਯੋਗ ਮੁੱਖ ਮੰਤਰੀ ਸਾਹਿਬ ਚੀਫ ਮਿਨਿਸਟਰ ਪੰਜਾਬ ਹੈਗੇ, ਅੱਜ ਦੀ ਉਹਨਾਂ ਦੀ ਪਹਿਲੀ ਰਾਜਨੀਤਿਕ ਜ਼ਿੰਮੇਵਾਰੀ, ਅਤੇ ਮੈਂ ਸਮਝਦਾ ਰਾਜ ਧਰਮ ਬਣਦਾ ਵੀ ਸਭ ਤੋਂ ਪਹਿਲਾਂ ਪੰਜਾਬ ਦੇ ਹਿੱਤਾਂ ਦੀ ਰਾਖੀ ਕਰਨ ਅਤੇ ਪੰਜਾਬ ਦੇ ਪਾਣੀਆਂ ਦੀ ਰਾਖੀ ਕਰਨ, ਜੋ ਬਣਦੀ ਕਾਰਵਾਈ ਹੈ ਆਈ ਹੈਵ ਯੈਟ ਟੂ ਅੰਡਰਸਟੈਂਡ, ਮੈਨੂੰ ਇਸ ਗੱਲ ਦੀ ਅਜੇ ਸਮਝ ਨਹੀਂ ਆਈ ਵੀ ਕਿਹੜੀ ਮਜਬੂਰੀ ਹੈ ਬਾਦਲ ਸਾਹਿਬ ਦੀ ਵੀ ਜਾ ਕੇ ਮੋਦੀ ਸਾਹਿਬ ਕੋਲ ਜਾ ਕੇ ਸਟੈਂਡ ਕਿਉਂ ਨਹੀਂ ਲੈਂਦੇ ਪੰਜਾਬੀਆਂ ਦੇ ਪਾਣੀ ਦੇ ਵਾਸਤੇ, ਲੋਕ ਅੱਜ ਸਵਾਲ ਪੁੱਛਦੇ ਹੈ, ਕਿਉਂਕਿ ਆਹ ਗੱਲ ਨਹੀਂ ਵੀ ਮੋਦੀ ਸਾਹਿਬ ਬਾਦਲ ਸਾਹਿਬ ਦੀ ਮੰਨਦੇ ਨਹੀਂ, ਬਾਦਲ ਸਾਹਿਬ ਨੇ ਜਦੋਂ ਸਹਿਜਦਾਰੀ ਬਿੱਲ ਪਾਸ ਕਰਵਾਉਣਾ ਸੀਗਾ ਉਦੋਂ ਬੀਜੇਪੀ ਨੇ ਆਊਟ ਆਫ ਦੀ ਵੇ ਜਾ ਕੇ ਲੋਕ ਸਭਾ ਦੇ ਅੰਦਰ ਆਹ ਬਿੱਲ ਪਾਸ ਕੀਤਾ, ਵੇਅਰ ਐਜ਼ ਬਾਦਲ ਸਾਹਿਬ ਇਸ ਵਾਸਤੇ, ਚਾਹੇ ਉਹ ਪੰਜਾਬ ਦੇ ਹੁਣ 717 ਰੁਪਈਏ ਦੇ ਖਰਾਬੇ ਦੀ ਗੱਲ ਸੀ, ਚਾਹੇ ਉਹ ਪੰਜਾਬ ਦੇ ਪਾਣੀਆਂ ਦੀ ਗੱਲ ਹੈ, ਮੋਦੀ ਸਾਹਿਬ ਕੋਲ ਜਾਣ ਤੋਂ ਕਤਰਾ ਰਹੇ ਹੈ, ਆਹ ਇਨੋਸੈਂਟਲੀ ਕਤਰਾ ਰਹੇ ਹੈ ਜਾਂ ਉਹਨਾਂ ਦੇ ਮਨ ਦੇ ਅੰਦਰ ਕੋਈ ਖੋਟ ਹੈ, ਕੋਈ ਚੋਰ ਹੈ, ਕਿਸੇ ਗੱਲ 'ਤੇ ਪਰਦਾ ਪਾ ਰਹੇ ਹੈ, ਉਹਦਾ ਖੁਲਾਸਾ ਕਰਨਾ ਚਾਹੀਦਾ ਹੈ। ਮੇਰੀ ਮੰਗ ਇੰਨੀ ਹੈ ਅਕਾਲੀ ਲੀਡਰਸ਼ਿਪ ਤੋਂ ਅਤੇ ਮਾਨਯੋਗ ਮੁੱਖ ਮੰਤਰੀ ਸਾਹਿਬ ਤੋਂ, ਪੰਜਾਬ ਦੇ ਪਾਣੀਆਂ ਨੂੰ ਲੈ ਕੇ ਅਗਰ ਕੋਈ ਅੱਗ ਲੱਗਦੀ ਹੈ, ਉਹ ਅੱਗ ਜਿਹੜੀ ਹੈ ਪੰਜਾਬ ਦੇ ਪੰਜਾਬੀਆਂ ਦੇ ਇਨੋਸੈਂਟ ਜਿਹੜੇ ਜਾਨਾਂ ਹੈ ਉਹਨਾਂ ਦੇ ਖੂਨ ਤੋਂ ਨਹੀਂ ਬੁਝਾਈ ਜਾਣੀ, ਆਹ ਜਿਹੜੀ ਕੁਰਸੀ ਦੀ ਲਾਲਚ ਕਰਕੇ ਆਹ ਪੰਜਾਬ ਦੇ ਪਾਣੀਆਂ ਦੀ ਅੱਗ ਨਾ ਲਵਾਉਣ, ਇਹਦੇ ਵਾਸਤੇ ਕਾਂਗਰਸ ਪਾਰਟੀ ਨੇ ਆਹ ਵੀ ਸੁਝਾਅ ਦਿੱਤਾ ਸੀ ਵੀ ਤੁਸੀਂ ਇੱਕ ਸਾਰੀ ਆਲ ਪਾਰਟੀ ਡੈਲੀਗੇਸ਼ਨ ਲੈ ਕੇ ਪ੍ਰਧਾਨ ਮੰਤਰੀ ਨੂੰ ਚੱਲ ਕੇ ਮਿਲੀਏ, ਇਸ ਗੱਲ 'ਤੇ ਉਹਨਾਂ 'ਤੇ ਦਬਾਅ ਪਾਈਏ, ਆਹ ਪੰਜਾਬ ਦਾ ਮਸਲਾ ਹੈ, ਆਹ ਹਿੰਦੁਸਤਾਨ ਦਾ ਮਸਲਾ ਹੈ, ਅਗਰ ਕਰਨਾਟਕਾ ਅਤੇ ਤਾਮਿਲਨਾਡੂ ਦੇ ਵਾਸਤੇ ਪਾਣੀਆਂ ਦੇ ਝਗੜੇ ਨੂੰ ਲੈ ਕੇ ਟ੍ਰਿਬਿਊਨਲ ਬਣ ਸਕਦਾ ਹੈ, ਅਗਰ ਮਹਾਰਾਸ਼ਟਰ ਆਂਧਰਾ ਪ੍ਰਦੇਸ਼ ਉਹਨਾਂ ਨੂੰ ਲੈ ਕੇ ਟ੍ਰਿਬਿਊਨਲ ਬਣ ਸਕਦਾ ਹੈ, ਕਿਉਂ ਨਹੀਂ ਪੰਜਾਬ ਦੇ ਪਾਣੀਆਂ ਦੀ ਨਵੇਂ ਸਿਰੇ ਤੋਂ ਇੱਕ ਟ੍ਰਿਬਿਊਨਲ ਬਣਾ ਕੇ ਜਾਂਚ ਕਰਵਾਈ ਜਾਵੇ, ਅਵੇਲੇਬਿਲਿਟੀ ਆਫ ਵਾਟਰ ਅੱਜ ਦੇ ਦਿਨ ਕਿੰਨਾ ਪਾਣੀ ਅਵੇਲੇਬਲ ਹੈ, ਗਲੇਸ਼ੀਅਰ ਮੈਲਟ ਦੀ ਕੀ ਰੇਟਸ ਹੈਗੇ, ਦੈਟ ਸ਼ੁੱਡ ਬੀ ਪ੍ਰੋਜੈਕਟਿਡ ਫੋਰ ਦਾ ਨੈਕਸਟ 50 ਈਅਰਸ, ਵੀ ਕਿੰਨਾ ਪਾਣੀ ਸਾਨੂੰ ਅਵੇਲੇਬਲ ਹੋਊਗਾ, ਪੰਜਾਬ ਦੇ ਪਾਣੀਆਂ ਦੀ ਲੋੜ ਅਸਟੈਬਲਿਸ਼ ਕੀਤੀ ਜਾਵੇ, ਰਿਪੇਰੀਅਨ ਲਾਅ ਦੇ ਹਿਸਾਬ ਨਾਲ ਪੰਜਾਬ ਦੇ ਪਾਣੀਆਂ ਨੂੰ ਪਹਿਲਾਂ ਪੰਜਾਬ ਦਾ ਹੱਕ ਮਿਲੇ, ਉਹਦੇ ਬਾਅਦ ਅਗਰ ਕੋਈ ਪਾਣੀ ਬਚਦਾ ਹੈ ਤਾਂ ਉਹਦੇ ਵਾਸਤੇ ਸੈਂਟਰ ਕੋਲ ਫੈਸਲਾ, ਇਨੋਸੈਂਟ ਵੇ ਨਾਲ ਸਾਈਨ ਕਰਦੇ ਆ, ਦੇਖੋ ਮੈਂ ਸਮਝਦਾ ਵੀ ਬਾਦਲ ਸਾਹਿਬ ਹਮੇਸ਼ਾ ਇਨੋਸੈਂਟ ਹੀ ਰਹਿੰਦੇ ਹੈ, ਹੀ ਹੈਜ਼ ਆਲਵੇਜ਼ ਬਿਨ ਇਨੋਸੈਂਟ, ਬਟ ਇਟਸ ਅ ਮੈਟਰ ਆਫ ਪੰਜਾਬ, ਵਟ ਐਵਰ ਇਟ ਟੇਕਸ, ਆਈ ਥਿੰਕ ਇਸ਼ ਸ਼ੁੱਡ ਟੇਕ ਅ ਸਟੈਂਡ ਫੋਰ ਪੰਜਾਬ, ਵੈਦਰ ਹੀ ਟੇਕਸ ਇਟ ਇਨੋਸੈਂਟਲੀ, ਵੈਦਰ ਹੀ ਟੇਕਸ ਇਟ ਇਨ ਅ ਕੈਲਕੂਲੇਟਡ ਵੇ, ਵੈਦਰ ਹੀ ਟੇਕਸ ਇਟ ਟੂ ਸੇਵ ਇਜ਼ ਓਨ ਸੀਟ, ਬਟ ਦਾ ਇੰਟਰਸਟ ਆਫ ਪੰਜਾਬ, ਦੇਖੋ ਇੱਥੋਂ ਤਾਂ ਬੋਰੀਆ ਬਿਸਤਰ ਗੋਲ ਹੋਣ ਲੱਗਿਆ, ਸੋ ਦੇ ਆਰ ਮੇਕਿੰਗ ਆਲਟਰਨੇਟ ਅਰੇਂਜਮੈਂਟਸ, ਬਾ ਉੱਥੇ ਜਾ ਕੇ ਯੂਪੀ 'ਚ ਜਾ ਕੇ ਕੈਂਪ ਆਫਿਸ ਉੱਥੇ ਲਾਇਆ ਕਰਨਗੇ, ਸੋ ਆਈ ਥਿੰਕ ਪੰਜਾਬ ਦੇ ਵਿੱਚ ਤਾਂ ਜਿਸ ਕਿਸਮ ਦੇ ਨਾਲ ਹਰੇਕ ਵਰਗ ਦੀ ਦੁਰਗਤੀ ਹੋਈ ਹੈ, ਚਾਹੇ ਉਹ ਵਪਾਰੀ ਵਰਗ ਹੈ, ਚਾਹੇ ਸ਼ਹਿਰੀ ਵਰਗ ਹੈ, ਚਾਹੇ ਕਿਸਾਨ ਭਰਾ ਹੈ, ਚਾਹੇ ਦਲਿਤ ਭਾਈਚਾਰਾ ਹੈ, ਹਰੇਕ ਨੌਜਵਾਨਾਂ ਨੂੰ ਜਿਹੜੇ ਪ੍ਰੋਮਿਸਿਸ ਕੀਤੀ ਗਈ ਸੀ, ਹਰੇਕ ਵਾਅਦੇ ਉੱਤੇ ਸਰਕਾਰ ਨਕੰਮੀ ਸਾਬਤ ਹੋਈ ਹੈ, ਇਹਨੂੰ ਲੱਗਦਾ ਮੈਨੂੰ ਲੱਗਦਾ ਉਹਨਾਂ ਨੇ ਆਪਣਾ ਅਗਲਾ ਠਿਕਾਣਾ ਜਿਹੜਾ UP ਸਿਲੈਕਟ ਕੀਤਾ। ਹਰਸਿਮਰਤ ਕੌਰ ਬਾਦਲ ਨੇ ਕੱਲ੍ਹ ਆਮ ਆਦਮੀ ਪਾਰਟੀ ਨੂੰ ਭ੍ਰਿਸ਼ਟਾਚਾਰੀਆਂ ਦੀ ਪਾਰਟੀ ਕਹਿਤਾ, ਕਿ ਉਹ ਭ੍ਰਿਸ਼ਟਾਚਾਰ ਦੇ ਉਹਨਾਂ ਦੇ ਵਿੱਚ ਵੱਡੇ ਵੱਡੇ ਸਕੈਮ 'ਚ ਫੜੇ ਜਾ ਰਹੇ ਨੇ, ਤੁਹਾਡਾ ਇਹਦੇ 'ਤੇ ਕੀ ਕਹਿਣਾ?
ਉਹ ਕਹਿੰਦੇ ਨੇ ਮੱਝ ਆਪਣਾ ਰੰਗ ਨਹੀਂ ਦੇਖਦੀ ਤੇ ਕਾਲੇ ਰੰਗ ਨੂੰ ਦੇਖ ਕੇ ਚਮਕਦੇ। ਅਕਾਲੀ ਪਾਰਟੀ ਅਗਰ ਭ੍ਰਿਸ਼ਟਾਚਾਰ ਦੀ ਗੱਲ ਕਰੇ ਪੰਜਾਬ ਦੇ ਅੰਦਰ, ਮੈਂ ਸਮਝਦਾ ਵੀ ਅੱਜ ਭ੍ਰਿਸ਼ਟਾਚਾਰ ਇੱਕ ਪੀਕ 'ਤੇ ਹੈ। ਅਕਾਲੀਆਂ ਨੂੰ ਆਹ ਗੱਲ ਕਹਿੰਦੇ ਸ਼ੋਭਾ ਨਹੀਂ ਦਿੰਦੀ ਵੀ ਕਿਸੇ ਹੋਰ ਨੂੰ ਕਹਿਣ। ਉਹਨਾਂ ਦਾ ਭ੍ਰਿਸ਼ਟਾਚਾਰ ਜਿਹੜਾ ਹੈ ਉਹ ਖੁੱਲ੍ਹ ਕੇ ਦਿੱਲੀ 'ਚ ਸਾਹਮਣੇ ਆ ਰਿਹਾ, ਇੱਥੇ ਜਿਹੜੇ ਲੋਕ ਉਹ ਡਿਸਾਈਡ ਕਰਨਗੇ। ਬਟ ਭ੍ਰਿਸ਼ਟਾਚਾਰ ਪੰਜਾਬ ਦੇ ਅੰਦਰ ਉਹਦੇ ਉੱਤੇ ਪਹਿਲਾਂ ਨਕੇਲ ਪਾਉਣਾ ਇਹਨਾਂ ਦੀ ਜ਼ਿੰਮੇਵਾਰੀ ਅਕਾਲੀਆਂ ਦੀ ਬਣਦੀ ਹੋ ਰਹੀ ਹੈ। ਮੈਨੂੰ ਤਾਂ ਪਤਾ ਲੱਗਿਆ ਫਿਰ ਅੱਗੇ ਪੋਸਟਪੋਨ ਹੋ ਗਈ। ਦੇਖੋ ਪਹਿਲਾਂ ਦੋ ਵਾਰੀ ਪੋਸਟਪੋਨ ਹੋ ਗਈ, ਅੱਜ ਵੀ ਹੋ ਜੂਗੀ। ਮੈਨੂੰ ਲੱਗਦਾ ਪਹਿਲੇ ਪ੍ਰੋਬਲਮ ਆ ਰਹੀ ਹੈ ਵੀ ਚੀਫ ਮਿਨਿਸਟਰ ਕੌਣ ਬਣੇਗਾ। ਆਈ ਥਿੰਕ ਦੇ ਹੈਵ ਅ ਲਾਰਜ ਲਿਸਟ ਆਫ ਕੰਟੈਂਡਰਸ ਫੋਰ ਚੀਫ ਮਿਨਿਸਟਰਸ਼ਿਪ। MLA ਦੀ ਟਿਕਟਾਂ ਤਾਂ ਬਾਅਦ 'ਚ ਵੰਡਣਗੇ, ਪਹਿਲਾਂ ਚੀਫ ਮਿਨਿਸਟਰ ਦੀ ਵੰਡ ਦੇਣਗੇ। ਦੇਖੋ ਸਭ ਉਹਨਾਂ ਦਾ ਆਪਦਾ ਪਾਰਟੀ ਦਾ ਮਸਲਾ, ਕਿਸੇ ਨੂੰ ਬਣਾਉਣ ਨਾ ਬਣਾਉਣ, ਦੈਟ ਇਜ਼ ਫਾਰ ਦੈਮ। ਹਾਂਜੀ ਸਭ ਆਮ ਨੋਟ ਇਨ ਦੈਟ, ਕਹਿੰਦੇ ਪੇ ਰਹਿ ਬ੍ਰੈਕਟ ਵੀ ਮੈਂ ਆਈ ਕੈਨ ਨੋਟ ਟੇਕ ਦੀ ਡਿਸੀਜਨ। ਮਨਪ੍ਰੀਤ ਬਾਦਲ ਨੇ ਕੱਲ੍ਹ ਕਿਹਾ ਕਿ ਅਕਤੂਬਰ ਤੱਕ ਕਾਂਗਰਸ ਆਪਣਾ ਚੋਣ ਮੈਨੀਫੈਸਟੋ ਜਾਰੀ ਕਰਦੀ ਜੀ, ਇਹਦੇ ਬਾਰੇ ਸਰਵੇ ਹੋ ਗਿਆ ਕਰਨਾ? ਦੇਖੋ ਉਹ ਇੱਕ ਕਮੇਟੀ ਬਣਾਈ ਹੋਈ ਹੈ, ਉਹਦੇ ਵਿੱਚ ਮਨਪ੍ਰੀਤ ਜੀ ਇਜ਼ ਹੈਡਿੰਗ ਦੈਟ ਕਮੇਟੀ। ਹੀ ਇਜ਼ ਗੋਇੰਗ ਜਿੰਨੇ ਵੀ ਸੈਕਸ਼ਨਸ ਆਫ ਸੁਸਾਇਟੀ ਹੈ ਹਰੇਕ ਥਾਂ ਹੀ। ਉਹਨਾਂ ਨੇ ਜਿਹੜੀ ਲਾਸਟ ਮੀਟਿੰਗ ਹੋਈ ਸੀ ਕੈਪਟਨ ਅਮਰਿੰਦਰ ਸਿੰਘ ਜੀ ਦੇ ਨਾਲ ਬੈਠ ਕੇ, ਉਹਦੇ 'ਚ ਉਹਨਾਂ ਨੇ ਕਿਹਾ ਸੀ ਵੀ ਮੈਂ ਕੋਸ਼ਿਸ਼ ਕਰਕੇ ਜਿਹੜੀ ਡੇਟ ਉਹਨਾਂ ਨੇ ਦਿੱਤੀ ਹੈ 31 ਅਕਤੂਬਰ ਤਾਈਂ ਦੀ, ਸ਼ਾਇਦ 30 ਅਕਤੂਬਰ ਜਿਹੜੀ ਦਿੱਤੀ ਹੈ, ਉਸ ਤੋਂ ਪਹਿਲਾਂ ਪਹਿਲਾਂ ਸਾਰੀ ਕੋਨਸਟੀਚੁਐਂਸੀ 'ਚ ਜਾ ਕੇ ਆਈ ਵਿਲ ਮੀਟ ਅ ਬਰੋਡ ਸੈਕਸ਼ਨ ਆਫ ਸੁਸਾਇਟੀ। ਉਹਨਾਂ ਦੇ ਰਾਏ ਲੈ ਕੇ ਪਹਿਲੀ ਦਫਾ ਵੀ ਵਿਦ ਇੰਟਰੈਕਸ਼ਨ ਫਰੋਮ ਸੁਸਾਇਟੀ ਆਲ ਸੈਕਸ਼ਨ ਆਫ ਸੁਸਾਇਟੀ। ਨਹੀਂ ਸਰ, ਸਾਡਾ ਇਟ ਵਿਲ ਬੀ ਅ ਕੰਪੋਜ਼ਿਟ ਮੈਨੀਫੈਸਟੋ। ਇਟ ਵਿਲ ਕਵਰ ਆਲ ਆਸਪੈਕਟਸ ਆਫ ਲਾਈਫ। ਸਭ ਅੱਜ ਅਕਾਲੀਆਂ ਨੂੰ ਡੋਪ ਟੈਸਟ ਜਿਹੜਾ ਆਪ ਕਰਵਾ ਰਹੇ, ਕਰਨ ਵਾਲੀ ਕੌਣ ਹੈ? ਉਹ ਪੁਲਿਸ ਦੇ ਅਧਿਕਾਰੀ ਹੈ ਜਿਹਨਾਂ ਦੇ ਆਪ ਦੇ ਪਹਿਲਾਂ ਡੋਪ ਟੈਸਟ ਹੋਣੇ ਚਾਹੀਦੇ ਹੈ। ਆਲ ਇੰਡੀਆ ਮੈਡੀਕਲ ਇੰਸਟੀਚਿਊਟ ਨੇ ਇੱਕ ਸਰਵੇ ਕਰਵਾਇਆ ਸੀਗਾ, ਸਾਂਪਲਾ ਸਾਹਿਬ ਦੇ ਬਿਆਨ ਮੈਂ ਦੇਖ ਰਿਹਾ ਸੀ, ਉਹਨਾਂ ਨੇ ਕਿਹਾ ਵੀ ਮੈਂ ਤਾਂ ਅਜੇ ਉਹਨਾਂ ਨੇ ਰਿਲੀਜ਼ ਹੀ ਨਹੀਂ ਕੀਤੀ। ਹੋਰ ਦੇਖੋ, ਯੂ ਕੈਨੋਟ ਵਿਦ ਹੋਲਡ ਅ ਟਰੂਥ। ਤੁਹਾਡੇ ਸਾਈਨ ਕਰਨ ਨਾਲ ਸੱਚ ਨਹੀਂ ਰੁਕ ਸਕਦਾ, ਅੱਖਾਂ ਮੀਚਣ ਨਾਲ ਬਿੱਲੀ ਨਹੀਂ ਭੱਜਦੀ। ਸਾਡਾ ਕਹਿਣਾ ਹੈ ਆਲ ਇੰਡੀਆ ਮੈਡੀਕਲ ਇੰਸਟੀਚਿਊਟ ਦੀ ਉਹ ਰਿਪੋਰਟ ਮਿਨਿਸਟਰ ਆਫ ਸਟੇਟ ਫਾਰ ਹੋਮ ਅਫੇਅਰਸ ਮਿਸਟਰ ਰਿਜੂਜੂ ਨੂੰ ਕੋਟ ਕੀਤਾ ਲੋਕ ਸਭਾ ਦੇ ਅੰਦਰ, ਜਵਾਬ ਦਿੰਦੇ ਕਿਹਾ ਵੀ ਪੰਜਾਬ ਦੇ ਅੰਦਰ ਨਸ਼ੇ ਦੀ ਨੌਜਵਾਨਾਂ ਦੇ ਅੰਦਰ ਬੜੀ ਭਾਰੀ ਸੀਰੀਅਸ ਪ੍ਰੋਬਲਮ ਹੈ, ਉਸ ਪ੍ਰੋਬਲਮ ਨੂੰ ਹੱਲ ਕਰਨ ਦਾ ਕੋਈ ਫੈਸਲਾ ਕਰੇ ਸਰਕਾਰ, ਨਾ ਕਿ ਸੱਚਾਈ ਤੋਂ ਭੱਜਣ ਦੀ ਕੋਸ਼ਿਸ਼ ਕਰੇ। ਉਹਨਾਂ ਨੇ ਖਾਰਜ ਕਰਤਾ, ਕਹਿੰਦੇ ਦੁਬਾਰਾ ਹੋਏਗਾ ਸਰਵੇ 18 ਮਹੀਨੇ ਬਾਅਦ ਆਏਗਾ। ਦੇਖੋ ਦੁਬਾਰਾ ਟਪਾਉਣਾ ਚਾਹੁੰਦੇ ਸਾਂਪਲਾ ਸਾਹਿਬ ਦਾ ਇਹ ਬਿਆਨ ਹੈ। ਦੇਖੋ ਅਗਲਾ ਜਿਹੜਾ ਡੋਪ ਟੋਸਟ ਹੋ ਸਕਦਾ ਜਾ ਕੇ UP 'ਚ ਚਾਲੂ ਕਰਵਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਕਿਉਂਕਿ ਇੱਥੇ ਦੇ ਟਾਈਮ ਇਜ਼ ਅਪ। ਮੇਰੀ ਕੋਸ਼ਿਸ਼ ਹੈ ਵੀ ਜਿੱਥੋਂ ਇੰਡਸਟਰੀ ਇੱਥੋਂ ਜਾਣ ਦੀ ਗੱਲ ਕਰ ਰਹੀ ਹੈ, ਆਹ ਨੋਟ ਸੈਟ ਜਿਹੜੇ ਪੰਜਾਬ 'ਚੋਂ ਇੰਡਸਟਰੀ ਜਾਣ ਦੀ ਗੱਲ ਹੈ, ਇਹਨਾਂ ਦੇ ਖੁਦ ਆਹ ਰੈਗੂਲੇਟਰੀ ਅਥੋਰਿਟੀ ਜਿਹੜੀ ਹੈ ਇਹਦਾ ਰਿਪੋਰਟ 'ਚੋਂ ਮੈਂ ਤੁਹਾਨੂੰ ਲਿਖ ਕੇ ਦੇ ਰਿਹਾ, ਉਹਨਾਂ ਦੀ ਓਬਜ਼ਰਵੇਸ਼ਨ ਹੈ। ਉਹ ਕਹਿੰਦੇ ਆ ਦਾ ਇੰਡਸਟਰੀ ਫਰੋਮ ਪੰਜਾਬ, ਦਾ ਟੈਰਿਫ ਫੋਰ ਇੰਡਸਟਰੀ ਇਨ ਪੰਜਾਬ ਇਜ਼ ਦਾ ਹਾਈਐਸਟ ਇਨ ਦਾ ਕੰਟਰੀ, ਐਂਡ ਬਿਕੋਜ਼ ਆਫ ਦਿਸ ਇੰਡਸਟਰੀ ਇਜ਼ ਆਈਦਰ ਸ਼ਟਿੰਗ ਡਾਊਨ। ਮੈਨੂੰ ਗੱਲ ਫੈਮਲੀ ਕਰਦਾ ਤੇ ਕਹਿੰਦੇ ਤੁਹਾਡਾ ਆਪਰੇਸ਼ਨ ਹੋਣ ਵਾਲਾ ਨੌਵਾਂ ਦਾ,
ਤਾਂ ਦੋਵੇਂ ਪੋਤਾ ਪੋਤਰੇ ਆਪਣੇ ਲੈ ਕੇ ਮਰੇ ਘਰ ਲੈ ਕੇ ਚਲੇ ਗਏ ਮੈਨੂੰ ਗਲਤੀ ਦੇ ਨਾਲ ਮੈਨੇ ਗਾੜੀ ਹੱਥ ਜਿੱਥ ਲਈ ਡਰ ਕਹਿੰਦਾ ਬੀਬੀ ਕੁਛ ਨਾ ਕਰੀ ਸਾਡੇ ਤੇ ਸਾਨੂੰ ਰੋਟੀ ਕਮਾ ਕੇ ਖਾ ਲੈਣਗੇ ਤੇ ਮੈਂ ਕੁਛ ਨੀ ਮੁੜ ਕੇ ਉਸ ਤੋਂ ਬਾਅਦ ਗਰੀਬੜੀ ਕਰਕੇ ਮੈਂ ਕੁਛ ਨੀ ਉੱਥੇ ਐਡਮਿਟ ਹੋਈ ਸੀਗੀ ਡਿਲੀਵਰੀ ਗਏ ਸੀਗਾ ਡਾਕਟਰ ਸਾਹਿਬ ਨੇ ਕੇਸ ਕੀਤਾ ਤੇ ਕੋਈ ਹੁਣ ਕੀ ਹੁਣ ਇਹਦੇ ਇਨਕੁਆਇਰੀ 'ਚ ਪਤਾ ਲੱਗੂਗਾ ਜਾਂ ਡਾਕਟਰੀ ਰਿਪੋਰਟ ਪਤਾ ਲੱਗੂਗਾ ਕੀ ਪ੍ਰੋਬਲਮ ਆ ਗਈ ਇਸ ਕਰਕੇ ਉਹਦੀ ਡੈਥ ਹੋ ਗਈ ਆ ਅਤੇ ਇਹਨਾਂ ਨੇ ਇਸੇ ਰੋਸ ਦੇ ਵਜੋਂ ਧਰਨਾ ਲਾਇਆ ਸੀਗਾ ਡਾਕਟਰ ਸਾਹਿਬ ਨੂੰ ਨਾਲ ਲੈ ਕੇ ਚੱਲੇ ਹਾਂ ਇਨਕੁਆਇਰੀ ਕਰਦੇ ਹਾਂ ਜੋ ਬਣਦੀ ਕਾਰਵਾਈ ਹੋ ਕੀਤੀ ਹਾਂ ਜੇ ਉਹਨੂੰ ਨਾਲ ਲੈ ਕੇ ਉਹਨਾਂ ਕੋਲ ਪੁੱਛਣ ਗਿੱਛ ਕਰਨੀ ਆ ਵੀ ਕੀ ਗੱਲਬਾਤ ਹੈ ਕੀ ਆ ਫਾਈਲ ਫੁਈਲ ਉਹਨਾਂ ਕੋਲ ਮੰਗਵਾਈ ਆ ਅਤੇ ਉਹ ਬਾਅਦ ਫਿਰ ਕਰਾਂਗੇ ਅਰੈਸਟ ਫਿਰ ਜੇ ਕੋਈ ਇਹੋ ਜਿਹੀ ਕਾਰਵਾਈ ਬਣਦੀ ਡਾਕਟਰ ਸਾਹਿਬ ਦੇ ਖਿਲਾਫ਼ ਪਰਚਾ ਦਰਜ ਕਰਨਾ ਜਾਂ ਕੋਈ ਇਹੋ ਜਿਹਾ ਫਿਰ ਉਸ ਨੂੰ ਅਰੈਸਟ ਕਰਾਂਗੇ।